ਚੁੰਨੀ ਰੰਗ ਦੇ ਲਰਾਰੀਆ ਮੇਰੀ ਸੱਜਣਾ ਦੀ ਪੱਗ ਵਰਗੀ। ਚੁੰਨੀ ਰੰਗਾਉਣ ਵੇਲੇ ਕੁੜੀਆਂ ਬਹੁਤ ਕੁਝ ਸੋਚਦੀਆਂ ਹਨ, ਮਾਹੀਏ ਦੀ ਪੱਗ ਦਾ ਰੰਗ, ਆਪਣਾ ਰੰਗ, ਮਨ ਮੌਸਮ ਅਤੇ ਮਾਹੌਲ ਦਾ ਰੰਗ। ਪੰਜਾਬੀ ਸ਼ਾਇਰਾ ਸੁਖਿੰਦਰ ਅੰਮ੍ਰਿਤ ਨੇ ਆਪਣੀਆਂ ਕਵਿਤਾਵਾਂ ਦੀ ਨਵੀਂ ਕਿਤਾਬ ਦਾ ਨਾਮ ਰੱਖਿਆ ਧੁੱਪ ਦੀ ਚੁੰਨੀ। ਸਾਵੀ ਸੁਹਾਵੀ ਧਰਤ ਨੇ ਆਪਣੇ ਉੱਪਰ ਧੁੱਪ ਦੀ ਚੁੰਨੀ ਓੜੀ ਹੋਈ ਹੈ। ਧੁੱਪ ਦਾ ਰੰਗ ਸੁਨਹਿਰੀ ਹੁੰਦਾ ਹੈ, ਪਰ ਇਸ ਵਿੱਚ ਸੱਤ ਰੰਗ ਵੀ ਸ਼ਾਮਲ ਹੁੰਦੇ ਹਨ। ਇਸ ਪੁਸਤਕ ਵਿੱਚ ਵੀ ਰਿਸ਼ਤਿਆਂ ਦੀ ਸਤਰੰਗੀ ਹੈ। ਮਾਂ, ਭੈਣ, ਧੀ, ਪਤਨੀ, ਪ੍ਰੇਮਿਕਾ, ਇੱਕ ਸੋਚਵਾਨ ਨਾਰੀ, ਇਸ ਵਿੱਚ ਔਰਤ ਦੇ ਕਈ ਰੂਪ ਹਨ। ਸਭ ਤੋਂ ਉੱਭਰਵਾਂ ਰੂਪ ਹੈ ਇੱਕ ਸੋਚਵਾਨ ਔਰਤ ਦਾ। ਉਹ ਰੱਬ ਨੂੰ ਵੀ ਸਵਾਲ ਕਰਦੀ ਹੈ, ਆਪਣੀ ਧੀ ਅਤੇ ਪੁੱਤਰ ਨੂੰ ਅਸੀਸ ਅਤੇ ਸਿੱਖਿਆ ਵੀ ਦਿੰਦੀ ਹੈ ਅਤੇ ਸਮੁੱਚੀ ਨਾਰੀ ਅਤੇ ਮਾਨਵ ਜਾਤੀ ਦੀ ਮੁਕਤੀ ਲਈ ਵੀ ਸੋਚਦੀ ਹੈ। ਆਓ ਸੁਣਦੇ ਹਾਂ ਧੁੱਪ ਦੀ ਚੁੰਨੀ ਦੀ ਰਚਨਾਕਾਰਾ ਸੁਖਿੰਦਰ ਅੰਮ੍ਰਿਤ ਅਤੇ ਪੰਜਾਬੀ ਦੇ ਪ੍ਰਬੁੱਧ ਨੌਜਵਾਨ ਆਲੋਚਕ ਡਾਕਟਰ ਯੋਗ ਰਾਜ ਦਰਮਿਆਨ ਇਹ ਬਾਤਚੀਤ। ਸੁਖਵਿੰਦਰ ਅੰਮ੍ਰਿਤ ਪੰਜਾਬੀ ਕਵਿਤਾ ਦੇ ਖੇਤਰ 'ਚ ਇੱਕ ਬੜਾ ਸਨਮਾਨਯੋਗ ਨਾਂ ਨੇ। ਉਹਨਾਂ ਨੇ ਹੁਣ ਤੱਕ 5 ਕਾਵਿ ਸੰਗ੍ਰਹਿ ਪ੍ਰਕਾਸ਼ਿਤ ਕਰਵਾਏ ਨੇ, ਜਿਨ੍ਹਾਂ ਵਿੱਚੋਂ 3 ਕਾਵਿ ਸੰਗ੍ਰਹਿ ਗਜ਼ਲਾਂ ਦੇ ਨੇ ਅਤੇ 2 ਨਜ਼ਮਾਂ ਦੇ ਨੇ। ਹੁਣੇ ਉਹਨਾਂ ਦੀ ਨਵੀਂ ਪੁਸਤਕ ਧੁੱਪ ਦੀ ਚੁੰਨੀ ਪ੍ਰਕਾਸ਼ਿਤ ਹੋਈ ਆ। ਅੱਜ ਅਸੀਂ ਉਹਨਾਂ ਦੀ ਇਸ ਪੁਸਤਕ 'ਤੇ ਵਿਚਾਰ ਚਰਚਾ ਕਰਾਂਗੇ। ਸੁਖਵਿੰਦਰ ਅੰਮ੍ਰਿਤ ਜੀ, ਤੁਹਾਡਾ ਅਦਬੀ ਦਰਵਾਜ਼ਾ 'ਚ ਸਵਾਗਤ ਹੈ। ਸੁਖਵਿੰਦਰ ਜੀ, ਅੱਜ ਅਸੀਂ ਜਿਹੜੀ ਵਿਚਾਰ ਚਰਚਾ ਕਰਾਂਗੇ ਉਹ ਤੁਹਾਡੀ ਕਵਿਤਾ ਆਦਿਕਾ ਤੋਂ ਸ਼ੁਰੂ ਕਰਾਂਗੇ। ਆਦਿਕਾ ਕਵਿਤਾ 'ਚ ਤੁਸੀਂ ਕਵਿਤਾ ਦੀ ਪਰਿਭਾਸ਼ਾ ਦਿੱਤੀ ਹੈ, ਇਸ ਪਰਿਭਾਸ਼ਾ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਜੀ, ਮੈਂ ਸੋਚਦੀ ਹਾਂ ਵੀ ਜਦੋਂ ਜ਼ਿੰਦਗੀ ਵਿੱਚ ਹਨੇਰਾ ਪੈ ਜਾਂਦਾ, ਸਾਰੇ ਪਾਸੇ ਦਰਵਾਜ਼ੇ ਬੰਦ ਹੁੰਦੇ ਆ, ਤਾਂ ਕਵਿਤਾ ਜਿਹੜੀ ਆ ਉਹ ਜ਼ਿੰਦਗੀ ਜਿਉਣ ਲਈ ਫਿਰ ਸਾਨੂੰ ਪ੍ਰੇਰਨਾ ਦਿੰਦੀ ਆ, ਫਿਰ ਸਾਨੂੰ ਚਾਨਣ ਵੱਲ ਲੈ ਕੇ ਜਾਂਦੀ ਆ। ਇਹੀ ਜਿਹੜੀਆਂ ਗੱਲਾਂ ਮੈਂ ਆਦਿਕਾ ਦੇ ਵਿੱਚ ਪੇਸ਼ ਕੀਤੀਆਂ ਨੇ। ਸੁਖਵਿੰਦਰ ਜੀ, ਤੁਸੀਂ ਤੁਹਾਡੀ ਜਿਹੜੀ ਮਕਬੂਲੀਅਤ ਆ ਉਹ ਇੱਕ ਗਜ਼ਲਗੋ ਦੇ ਤੌਰ 'ਤੇ ਹੋਈ ਹੈ, ਪਰ ਹੁਣ ਤੁਸੀਂ ਜਿਹੜੀਆਂ ਨਜ਼ਮਾਂ ਲਿਖਣੀਆਂ ਸ਼ੁਰੂ ਕੀਤੀਆਂ ਨੇ, ਇਹ ਤੁਹਾਡੀ ਕਵਿਤਾ 'ਚ ਜਿਹੜੀ ਪੈਰਾਡਾਈਮ ਸ਼ਿਫਟ ਵਾਪਰੀ ਹੈ, ਇਹਦੇ ਕੀ ਕਾਰਨ ਨੇ? ਇਹ ਯੋਗਰਾਜ ਜੀ, ਮੈਂ ਕੋਈ ਸੁਚੇਤ ਤੌਰ 'ਤੇ ਗਜ਼ਲ ਤੋਂ ਨਜ਼ਮ ਵੱਲ ਨਹੀਂ ਆਈ, ਸਗੋਂ ਮੈਨੂੰ ਲੱਗਿਆ ਵੀ ਜਿਹੜੇ ਮੇਰੇ ਕਈ ਖਿਆਲ ਨੇ ਵੀ ਜ਼ਿਆਦਾ ਵਿਸ਼ਾਲ ਰੂਪ ਚਾਹੁੰਦੇ ਆ, ਮਤਲਬ ਇੱਕ ਸ਼ੇਰ ਦੇ ਵਿੱਚ ਉਹ ਉਸ ਤਰ੍ਹਾਂ ਨਹੀਂ ਸਮਾ ਸਕਦੇ ਉਨੀ ਖੂਬਸੂਰਤੀ ਨਾਲ, ਵੀ ਜਿੰਨੀ ਖੂਬਸੂਰਤੀ ਨਾਲ ਉਹ ਨਜ਼ਮ ਵਿੱਚ ਸਮਾ ਸਕਦੇ ਆ। ਇਸ ਤਰ੍ਹਾਂ ਬਾਕੀ ਮੈਂ ਇਹ ਵੀ ਸੋਚਦੀ ਹਾਂ ਵੀ ਜਿਹੜਾ ਖਿਆਲ ਆ ਉਹ ਆਪਣੀ ਸ਼ੇਪ, ਆਪਣੀ ਫੋਰਮ ਨਾਲ ਹੀ ਲੈ ਕੇ ਆਉਂਦਾ, ਅਤੇ ਮੈਂ ਜਦੋਂ ਨਜ਼ਮ ਵੱਲ ਆਈ ਹਾਂ ਗਜ਼ਲ ਤੋਂ, ਤਾਂ ਮੈਨੂੰ ਕੋਈ ਇੱਦਾਂ ਨਹੀਂ ਸੀਗਾ ਕਿ ਮੈਂ ਹੁਣ ਗਜ਼ਲ ਨਹੀਂ ਲਿਖਣੀ, ਨਜ਼ਮ ਲਿਖਣੀ ਆ। ਸਗੋਂ ਜਿੱਦਾਂ ਮੇਰੇ ਖਿਆਲ ਨਜ਼ਮਾਂ ਵਿੱਚ ਅਚਨਚੇਤ ਢਲਣੇ ਸ਼ੁਰੂ ਹੋ ਗਏ, ਤਾਂ ਮੈਂ ਨਜ਼ਮ ਲਿਖਣੀ ਸ਼ੁਰੂ ਕਰ ਦਿੱਤੀ। ਮੈਨੂੰ ਵੈਸੇ ਇਸ ਜਿਹੜੀ ਪੁਸਤਕ ਆ ਇਹਦੇ 'ਚ ਮਾਮਤ ਧੀਆਂ ਅਸੀਸ ਕਵਿਤਾ ਜਾਂ ਰੱਬ ਨੂੰ ਸੰਬੋਧਨ ਵਾਲੀ ਕਵਿਤਾ, ਇਹ ਨਾ ਇੱਕ ਹਾਸਲ ਲੱਗਦੀਆਂ ਨੇ। ਮਾਮਤ ਧੀਆਂ ਕਵਿਤਾ 'ਚ ਧੀ ਦਾ ਅਤੇ ਮਾਂ ਦਾ ਜਿਹੜਾ ਰਿਸ਼ਤਾ ਪ੍ਰਗਟ ਕੀਤਾ ਤੁਸੀਂ, ਉਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ? ਮੈਂ ਤੁਹਾਨੂੰ ਇੱਕ ਗੱਲ ਇਹ ਵੀ ਦੱਸੂੰਗੀ ਕਿ ਜਦੋਂ ਮੈਂ ਪਹਿਲਾਂ ਕਣੀਆਂ ਇੱਕ ਮੇਰੀ ਨਜ਼ਮਾਂ ਦੀ ਕਿਤਾਬ ਆਈ ਸੀ, ਤਾਂ ਉਹਦੇ ਵਿੱਚ ਜਿਹੜਾ ਮੇਰਾ ਪਤਨੀ ਵਾਲਾ, ਮਹਿਬੂਬਾ ਵਾਲਾ ਜਾਂ ਇੱਕ ਧੀ ਵਾਲਾ ਰੂਪ ਭਾਰੂ ਸੀਗਾ, ਪਰ ਇਸ ਕਿਤਾਬ ਦੇ ਵਿੱਚ ਜਿਹੜੀਆਂ ਕਵਿਤਾਵਾਂ ਛਪੀਆਂ ਨੇ ਇਹਦੇ ਵਿੱਚ ਇੱਕ ਮਾਂ ਵਾਲਾ ਰੋਲ ਭਾਰੂ ਆ। ਅਤੇ ਜਿਹੜੀ ਪਹਿਲੀ ਕਵਿਤਾ ਹੈਗੀ ਇਹਦੀ ਮਾਵਾਂ ਅਤੇ ਧੀਆਂ, ਉਹਦੇ ਵਿੱਚ ਵੀ ਮੈਂ ਇੱਕ ਮਾਂ ਰੂਪ ਵਿੱਚ ਪੇਸ਼ ਹੁੰਦੀ ਹਾਂ ਅਤੇ ਆਪਣੀ ਧੀ ਨੂੰ ਸਿੱਖਿਆ ਦਿੰਦੀ ਹਾਂ, ਉਹ ਸਿੱਖਿਆ ਜਿਹੜੀ ਕਿ ਮੈਨੂੰ ਨਹੀਂ ਸੀ ਮਿਲੀ।
ਮੈਨੂੰ ਮੇਰੀ ਮਾਂ ਨੇ ਕੁਛ ਹੋਰ ਸਮਝਾਇਆ ਸੀ ਪਰ ਮੈਂ ਆਪਣੀ ਧੀ ਨੂੰ ਕੁਛ ਹੋਰ ਸਮਝਾਉਂਦੀ ਹਾਂ। ਉਹ ਇਸ ਕਰਕੇ ਕਿ ਮੈਨੂੰ ਲੱਗਿਆ ਵੀ ਸਮਾਂ ਬਦਲ ਗਿਆ, ਸੋਚ ਵੀ ਬਦਲ ਗਈ, ਸਾਡੀਆਂ ਸਮੱਸਿਆਵਾਂ ਵੀ ਬਦਲ ਗਈਆਂ, ਸਾਡਾ ਸੱਭਿਆਚਾਰ ਵੀ ਬਦਲ ਰਿਹਾ। ਔਰ ਜਿਹੜੀ ਮੇਰੀ ਮਾਂ ਸੀ ਉਹਨੇ ਮੈਨੂੰ ਕਿਹਾ ਸੀਗਾ ਵੀ ਸਿਆਣੀਆਂ ਧੀਆਂ ਝੁੱਕ ਝੁੱਕ ਕੇ ਤੁਰਦੀਆਂ, ਸਿਰ ਢੱਕ ਕੇ ਰੱਖਦੀਆਂ, ਅੱਖ ਉੱਤੇ ਨਹੀਂ ਚੱਕਦੀਆਂ, ਕੰਧਾਂ ਉੱਲੇ ਘੁੱਗ ਵੱਸਦੀਆਂ, ਕਿਸੇ ਨੂੰ ਆਪਣਾ ਦੁੱਖ ਨਹੀਂ ਦੱਸਦੀਆਂ। ਪਰ ਮੈਂ ਆਪਣੀ ਧੀ ਨੂੰ ਕਹਿੰਦੀ ਹਾਂ ਵੀ ਤੂੰ ਆਪਣੇ ਰੁਤਬੇ ਨੂੰ ਇੰਨਾ ਬੁਲੰਦ, ਇੰਨਾ ਰੋਸ਼ਨ ਕਰੀਂ ਕਿ ਸਾਰੀਆਂ ਦੀਵਾਰਾਂ ਠਿਠਕ ਜਾਣ, ਹਨੇਰੇ ਤਰਪਕ ਜਾਣ, ਜੰਜੀਰਾਂ ਟੁੱਟ ਜਾਣ, ਵੀ ਤੂੰ ਮਾਣ ਨਾਲ ਜਿਉਈ, ਮਾਣ ਨਾਲ ਮਰੀ। ਇਹ ਇੱਕ ਮੈਨੂੰ ਲੱਗਦਾ ਕਿ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਜਾਂਦਿਆਂ ਜੋ ਸਾਡੀ ਸੋਚ ਦੇ ਵਿੱਚ ਫਰਕ ਆਉਂਦਾ ਉਹ ਇਸ ਕਵਿਤਾ ਦੇ ਵਿੱਚ ਪੇਸ਼ ਹੋਇਆ। ਅੱਛਾ, ਅਕਸਰ ਤੁਹਾਡੀ ਕਵਿਤਾ ਬਾਰੇ ਗੱਲ ਕਹੀ ਜਾਂਦੀ ਹੈ ਵੀ ਜਦੋਂ ਤੁਸੀਂ ਮਰਦ ਬਾਰੇ ਲਿਖਦੇ ਹੋ, ਵਿਅਕਤੀ ਬਾਰੇ ਲਿਖਦੇ ਹੋ, ਤਾਂ ਉਹਦੇ 'ਚ ਜਿਹੜਾ ਰਿਸ਼ਤਾ ਵਿਰੋਧ ਦਾ ਨਹੀਂ ਹੈਗਾ, ਸਗੋਂ ਮਰਦ ਕਈ ਰੂਪਾਂ 'ਚ ਹਾਂਮੁਖੀ ਅਰਥਾਂ 'ਚ ਆਇਆ, ਮਤਲਬ ਇਹਦਾ ਕੀ ਭਾਵ ਆ, ਕਿਉਂ ਇਹ ਹਾਂਮੁਖੀ ਅਰਥਾਂ 'ਚ ਆਇਆ? ਜਿਵੇਂ ਸਾਡੇ ਧਾਰਮਿਕ ਸ਼ਾਸਤਰਾਂ 'ਚ ਵੀ ਇਸ ਤਰ੍ਹਾਂ ਹੀ ਆਇਆ ਕਿ ਢੋਰ, ਸ਼ੂਦਰ ਔਰ ਨਾਰੀ ਤਿੰਨੋਂ ਤਾੜਨ ਕੇ ਅਧਿਕਾਰੀ, ਇਸ ਤਰ੍ਹਾਂ ਸਾਡੇ ਪੁਰਸ਼ ਦੀ ਮਾਨਸਿਕਤਾ ਹੀ ਇੱਦਾਂ ਸਿਰਜੀ ਗਈ ਆ। ਅਤੇ ਮੈਂ ਇਹ ਕਹਿੰਦੀ ਹਾਂ ਕਿ ਜਿਹੜੇ ਪੁਰਸ਼ ਅਤੇ ਔਰਤ ਆ ਇਹ ਦੋਨੋਂ ਇੱਕ ਦੂਜੇ ਦੇ ਪੂਰਕ ਨੇ, ਨਾ ਕਿ ਵਿਰੋਧੀ। ਔਰ ਨਾ ਹੀ ਸਾਡੇ ਇਸ ਤਰ੍ਹਾਂ ਮਸਲੇ ਹੱਲ ਹੋ ਸਕਦੇ ਆ ਜੇ ਅਸੀਂ ਪੁਰਸ਼ ਦੇ ਵਿਰੋਧ ਵਿੱਚ ਲਿਖੀ ਜਾਵਾਂਗੇ ਐਵੇਂ ਉਹਨੂੰ, ਜਿਸ ਤਰ੍ਹਾਂ ਸਾਡੀ ਪਹਿਲੀ ਨਾਰੀ ਕਵਿਤਾ ਦੇ ਵਿੱਚ ਭੇੜੀਆ ਵੀ ਕਿਹਾ ਗਿਆ ਪੁਰਸ਼ ਨੂੰ, ਜਾਂ ਦਰਿੰਦਾ ਸਾਬਤ ਕੀਤਾ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਜ਼ੁਲਮੀਆਂ, ਦਰਿੰਦਾ, ਭੇੜੀਆ। ਪਰ ਮੈਂ ਸੋਚਦੀ ਹਾਂ ਵੀ ਇੱਦਾਂ ਸਮੱਸਿਆਵਾਂ ਸਾਡੀਆਂ ਹੋਰ ਵਧਣਗੀਆਂ, ਪਾੜੇ ਹੋਰ ਵਧਣਗੇ, ਸਾਨੂੰ ਇੱਕ ਦੂਜੇ ਨਾਲ ਪਿਆਰ ਨਾਲ ਹੀ ਸਾਡੀਆਂ ਸਮੱਸਿਆਵਾਂ ਹੱਲ ਹੋ ਸਕਦੀਆਂ। ਇਸ ਤਰ੍ਹਾਂ ਮੈਂ ਮੇਰੀ ਜਿਹੜੀ ਇਹ ਭਾਵਨਾ ਸੀਗੀ ਉਹੀ ਹੂਬ ਹੂ ਮੇਰੀ ਕਵਿਤਾ ਦੇ ਵਿੱਚ ਢਲੀ ਆ। ਜਿਸ ਤਰ੍ਹਾਂ ਮੈਂ ਵੀ ਸੋਚਦੀ ਹਾਂ ਵੀ ਸਾਰੇ ਨਾ ਤਾਂ ਪੁਰਸ਼ ਇੱਕੋ ਜਿਹੇ ਹੁੰਦੇ ਆ, ਨਾ ਹੀ ਸਾਰੀ ਔਰਤਾਂ ਇੱਕੋ ਜਿਹੀਆਂ ਹੁੰਦੀਆਂ ਨੇ। ਸਾਡੇ ਸਮਾਜ ਦੇ ਵਿੱਚ ਉਹ ਪੁਰਸ਼ ਵੀ ਆ ਗੁਰੂ ਨਾਨਕ ਵਾਂਗੂ ਜਿਨ੍ਹਾਂ ਨੇ ਕਿਹਾ ਵੀ ਸੋ ਕਿਉਂ ਮੰਦਾ ਆਖਿਆ ਜਿੱਤ ਜੰਮੇ ਰਾਜਾ ਨਾ, ਜਾਂ ਸੁਰਜੀਤ ਪਾਤਰ ਜੀ ਦਾ ਸ਼ੇਰ ਆ ਕੇ ਇੱਕ ਕੈਦ 'ਚੋਂ ਦੂਜੀ ਕੈਦ 'ਚ ਪਹੁੰਚ ਗਈ ਏ ਕੀ ਖੱਟਿਆ ਮਹਿੰਦੀ ਲਾ ਕੇ ਵਟਣਾ ਮਲ ਕੇ, ਜਾਂ ਪਾਸ਼ ਨੇ ਕਵਿਤਾ ਲਿਖੀ ਚਿੜੀਆਂ ਦਾ ਚੰਬਾ, ਜਾਂ ਸ਼ੇਵਾ ਉਹਨੇ ਸਾਰੀ ਕਿਤਾਬ ਹੀ ਲੂਣਾ ਜਾਣੀ ਔਰਤ ਜਾਤੀ ਦੇ ਹੱਕ 'ਚ ਲਿਖੀ। ਸੋ ਨਾ ਤਾਂ ਪੁਰਸ਼ ਹੀ ਸਾਰੇ ਇੱਕੋ ਜਿਹੇ ਆ ਜਿਹੜੇ ਕਿ ਨੈਗੇਟਿਵ ਰੋਲ ਨਿਭਾਉਣ, ਜੇ ਅਸੀਂ ਕਹੀਏ ਵੀ ਪੁਰਸ਼ ਜਾਤ ਮਾੜੀ ਆ, ਪੁਰਸ਼ ਪ੍ਰਧਾਨ ਸਮਾਜ ਆ, ਇਸ ਕਰਕੇ ਔਰਤ ਦੀ ਸਥਿਤੀ ਇੰਨੀ ਨਿਗਰੀ ਹੋਈ ਆ, ਨਾ ਹੀ ਸਾਰੀਆਂ ਔਰਤਾਂ ਹਾਂ ਮੁਖੀ ਕਿਰਦਾਰ ਨਿਭਾਉਂਦੀਆਂ ਨੇ। ਇਸ ਕਰਕੇ ਮੈਨੂੰ ਲੱਗਦਾ ਕਿ ਸਾਨੂੰ ਅਸੀਂ ਪਿਆਰ ਨਾਲ ਹੀ ਆਪਣੇ ਸਾਰੇ ਮਸਲੇ ਨਜਿੱਠ ਸਕਦੇ ਹਾਂ, ਔਰ ਸਾਨੂੰ ਇੱਕ ਦੂਜੇ ਦੇ ਅਸੀਂ ਜਿਵੇਂ ਪੂਰਕ ਵੀ ਹਾਂ ਔਰ ਸਾਨੂੰ ਲੋੜ ਵੀ ਇੱਕ ਦੂਜੇ ਦੀ। ਔਰ ਮੈਂ ਪੁਰਸ਼ ਨਾਲ ਜਿਹੜਾ ਮਿੱਤਰਤਾ ਦਾ ਰਿਸ਼ਤਾ ਉਹ ਚਾਹੁੰਦੀ ਹਾਂ, ਇਸੇ ਤਰ੍ਹਾਂ ਮੇਰੀ ਕਵਿਤਾ ਦੇ ਵਿੱਚ ਉਹ ਮੇਰੀਆਂ ਭਾਵਨਾਵਾਂ ਢਲਦੀਆਂ ਨੇ। ਤੁਹਾਡੇ ਬਾਰੇ ਮੁੱਖ ਤੌਰ 'ਤੇ ਆਇਆ ਕਿ ਤੁਸੀਂ ਪਿਆਰ ਕਵਿਤਾਵਾਂ ਲਿਖਦੇ ਹੋ, ਪਿਆਰ ਕਵਿਤਾਵਾਂ ਲਿਖਣ ਵਾਲੀ ਕਵਿਤਰੀ ਹੋ, ਪਿਆਰ ਕਵਿਤਾਵਾਂ ਦੇ ਸੰਬੰਧ 'ਚ ਤੁਸੀਂ ਕੀ ਕਹਿਣਾ ਚਾਹੋਗੇ? ਪਿਆਰ ਕਵਿਤਾ ਵੀ ਮੈਂ ਕਹੂੰਗੀ ਵੀ ਜਿਹੜੀ ਸਾਡੀ ਪ੍ਰਾਤਨ ਕਵਿਤਾ ਆਦਿਕਾਲ ਕਾਲੀਨ ਕਵਿਤਾ, ਉਹਦੇ ਵਿੱਚ ਵੀ ਪਿਆਰ ਇੱਕ ਮਹੱਤਵਪੂਰਨ ਵਿਸ਼ਾ ਰਿਹਾ। ਜਿਵੇਂ ਗੁਰੂ ਨਾਨਕ ਸਾਹਿਬ ਨੇ ਵੀ ਲਿਖਿਆ ਕਿ ਜਲੋ ਐਸੀ ਰੀਤ ਜਿੱਤ ਮੈਂ ਪਿਆਰਾ ਵਿਸਰੈ, ਕਿ ਉਹਨਾਂ ਨੇ ਕਿਹਾ ਵੀ ਜਿਹੜੀਆਂ ਰੀਤਾਂ ਰਸਮਾਂ ਸਾਡੇ ਪਿਆਰ ਦੇ ਰਾਹ ਵਿੱਚ ਆਉਂਦੀਆਂ, ਸਾਡੇ ਪਿਆਰ ਨਾਲੋਂ ਸਾਨੂੰ ਵਿਛੋੜਦੀਆਂ, ਤਾਂ ਉਹਨਾਂ ਨੂੰ ਬਿਲਕੁਲ ਵੀ ਮਹੱਤਵਪੂਰਨ ਮਤਲਬ ਮਹੱਤਤਾ ਨਾ ਦਿਓ, ਕੋਈ ਉਹ ਮਹੱਤਵਪੂਰਨ ਨਹੀਂ ਹੈਗੀਆਂ, ਪਿਆਰ ਜ਼ਿਆਦਾ ਮਹੱਤਵਪੂਰਨ ਆ। ਇਸ ਲਈ ਮੈਂ ਇਹ ਵੀ ਮੈਂ ਕਹੂੰਗੀ ਵੀ ਸਚੇਤ ਰੂਪ ਵਿੱਚ ਨਹੀਂ, ਇਹ ਮੇਰੀ ਮਨ ਦੀਆਂ ਭਾਵਨਾਵਾਂ ਨੇ। ਮੈਨੂੰ ਮਤਲਬ ਪਿਆਰ ਬਹੁਤ ਮਹੱਤਵਪੂਰਨ ਅਤੇ ਪਾਕ ਜਜ਼ਬਾ ਲੱਗਦਾ, ਸਭ ਤੋਂ ਮੁੱਲਵਾਨ ਜਜ਼ਬਾ ਦੁਨੀਆ ਦਾ ਪਿਆਰ ਲੱਗਦਾ, ਕਿ ਮੈਨੂੰ ਲੱਗਦਾ ਜਿਵੇਂ ਵੀ ਸ੍ਰਿਸ਼ਟੀ ਵੀ ਜਿਹੜੀ ਸਾਰੀ ਆ ਉਹ ਪਿਆਰ 'ਤੇ ਆਧਾਰਿਤ ਹੀ ਇਹਦੀ ਰਚਨਾ ਹੋਈ ਆ।
ਇਸ ਲਈ ਮੈਂ ਪਿਆਰ ਨੂੰ ਬਹੁਤ ਮਤਲਬ ਸਤਿਕਾਰ ਨਾਲ ਦੇਖਦੀ ਹਾਂ, ਪਿਆਰ ਵਾਲੇ ਜਜ਼ਬੇ ਨੂੰ। ਅਤੇ ਮੇਰੀਆਂ ਕਵਿਤਾਵਾਂ ਵੀ ਬਹੁਤ ਮਤਲਬ ਮੈਨੂੰ ਮੁਹੱਬਤ ਦੀ ਸ਼ਾਇਰਾ ਕਹਿਣ ਤਾਂ ਮੈਨੂੰ ਕੋਈ ਇੱਦਾਂ ਨਹੀਂ ਹੁੰਦਾ ਕਿ ਮੈਨੂੰ ਕੋਈ, ਮੈਂ ਇਹਨੂੰ ਐਂ ਨਹੀਂ ਕਹਿੰਦੀ ਵੀ ਕਿ ਘੱਟ ਦਰਜੇ ਦੀ ਸ਼ਾਇਰਾ ਹਾਂ ਮੈਂ। ਅੱਜ ਅਸੀਂ ਸੁਖਵਿੰਦਰ ਅੰਮ੍ਰਿਤ ਨਾਲ ਉਹਨਾਂ ਦੀ ਕਿਤਾਬ ਧੁੱਪ ਦੀ ਚੁੰਨੀ ਬਾਰੇ ਵਿਚਾਰ ਚਰਚਾ ਕੀਤੀ। ਬਹੁਤ ਹੀ ਸੰਖੇਪ ਸ਼ਬਦਾਂ 'ਚ ਉਹਨਾਂ ਨੇ ਬੜੀਆਂ ਵਡਮੁੱਲੀਆਂ ਗੱਲਾਂ ਕੀਤੀਆਂ ਨੇ। ਅਸੀਂ ਸੁਖਵਿੰਦਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ।